ਜਮਾਤ 10ਵੀਂ ਪਾਠ ਬੋਲੀ ਯੂ ਫੂਲ ਯੂ ਇਡੀਟ ਡੋਨਟ ਟੱਚ ਮੀ ਯੂ ਸਟੂਪਿਡ ਸਿੱਖਿਆ ਵੀ ਤੇ ਲੜਨਾ ਉਹ ਵੀ ਅੰਗਰੇਜ਼ੀ ਵਿੱਚ ਇੱਕ ਤਾਂ ਮੈਨੂੰ ਆਹ ਭਾਸ਼ਾ ਦੀ ਸਮਝ ਨਹੀਂ ਪੈਂਦੀ ਉੱਤੋਂ ਤੁਸੀਂ ਐਸੀ ਭਾਸ਼ਾ 'ਚ ਲੜਦੀਆਂ ਹੋ ਇੱਕ ਬੋਲੀ ਪਰਾਈ ਤੇ ਦੂਜਾ ਪਹਿਰਾਵਾ ਵੀ ਉਪਰਾ ਆਹੋ ਦਾਦੀ ਡਾਰਲਿੰਗ ਕੀ ਹੋ ਗਿਆ ਕੀ ਮਾਰਾ ਏ ਮੇਰੇ ਕੱਪੜਿਆਂ 'ਚ ਤੇ ਮੇਰੀ ਬੋਲੀ ਵਿੱਚ ਕੀ ਮਾੜਾ ਏ ਕੀ ਦੱਸਾਂ ਤੀਏ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਇਹਦੇ ਤੋਂ ਉਹਦੇ ਸਰੀਰ ਦਾ ਸਹੱਪਣ ਜਾਂ ਕੋਝ ਪਛਾਣਿਆ ਜਾਂਦਾ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਦਿਸ ਪੈਂਦਾ ਹੈ ਅਣ ਬੋਲਿਆ ਮਨੁੱਖ ਐਉਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖਦੇ ਹਾਂ ਤੇ ਬੋਲਿਆਂ ਜਿਉਂ ਕਿਸੇ ਨੇ ਬੂਹੇ ਖੋਲ ਕੇ ਸਾਨੂੰ ਅੰਦਰ ਚਾਤੀ ਪਵਾ ਦਿੱਤੀ ਹੈ ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਤੇ ਕਿੱਡਾ ਹੀ ਸੁਖ ਦੇਣ ਵਾਲਾ ਹੁੰਦਾ ਹੈ ਕਿਸੇ ਸੋਚ ਭੁਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ ਓ ਸੋਹਣਾ ਬੋਲ ਖਾ ਵੇਖਾ ਅੰਦਰੋਂ ਤੂੰ ਏਦੋਂ ਵੀ ਸੋਹਣਾ ਹੋਵੇਂਗਾ ਹਾਂ ਬੱਚਿਓ ਤੁਹਾਡੇ ਦਾਦੀ ਮਾਂ ਬਿਲਕੁਲ ਠੀਕ ਕਹਿ ਰਹੇ ਨੇ ਹਾਂ ਬੀਜੀ ਤੁਸੀਂ ਕਹਿ ਤਾਂ ਠੀਕ ਰਹੇ ਹੋ ਪਰ ਕਸੂਰ ਇਹਨਾਂ ਦਾ ਵੀ ਨਹੀਂ ਇੱਕ ਤਾਂ ਇਹਨਾਂ ਦਾ ਆਲਾ ਦਵਾਲਾ ਇਹੋ ਜਿਹਾ ਤੇ ਦੂਜਾ ਇਸ ਦੇ ਪਾਪਾ ਤੇ ਮੇਰੇ ਨਿਤ ਦੇ ਰਜੇਵੇਂ ਨੌਕਰੀਆਂ ਅਸੀਂ ਇਹਨਾਂ ਨੂੰ ਸਮਾਂ ਹੀ ਨਹੀਂ ਦੇ ਸਕੇ ਤੇ ਬੋਲੀ ਉਹ ਤਾਂ ਅਸੀਂ ਨਿਰੀ ਅੱਖੋਂ ਪਰੋਖੇ ਹੀ ਕਰ ਦਿੱਤੀ ਪਤਾ ਨਹੀਂ ਕਦੋਂ ਬੋਲਣਾ ਸਿੱਖ ਗਈਆਂ ਆਪਣੇ ਆਪ ਹਾਂ ਧੀਏ ਇਹ ਤਾਂ ਵੱਡਿਆਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਬੋਲੀ ਦਾ ਖਜ਼ਾਨਾ ਬਚਪਨ ਦੇ ਚਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ ਬਚਪਨ ਵਿੱਚ ਮਨ ਉੱਤੇ ਚਿੱਤਰੇ ਲਵਸ ਸਾਨੂੰ ਭੁੱਲਦੇ ਨਹੀਂ ਤੇ ਮੂਰ ਵਰਗਾ ਕੰਮ ਦਿੰਦੇ ਹਨ ਇੱਕ ਇੱਕ ਮੋਰ ਅਸੀਂ अनेका ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ ਇਸ ਲਈ ਜਿੱਥੇ ਸਾਡਾ ਬਚਪਨ ਬੀਤੇ ਉਹ ਥਾਂ ਮੋਹਰਾ ਦੀ ਖਾਨ ਹੈ ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਨ ਉੱਤੇ ਹੁੰਦਾ ਹੈ ਜੇ ਸਾਡੀ ਖਾਨ ਵਿੱਚ ਮੋਹਰਾ ਕੱਸੀਆਂ ਹਨ ਤਾਂ ਸਾਡੀ ਬਹੁਤੀ 부ਟਾਈ ਵੀ ਸਾਨੂੰ ਮਾਲਾ-ਮਾਲ ਨਹੀਂ ਕਰ ਸਕੇਗੀ ਇਸ ਲਈ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਅਦਾ ਕਾਇਮ ਰੱਖਣਾ ਵੱਡਿਆਂ ਦਾ ਜ਼ਿੰਦਗੀ ਨਾਲ ਪਹਿਲਾ ਧਰਮ ਹੈ ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ ਇਸ ਲਈ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਅਦਾ ਕਾਇਮ ਰੱਖਣਾ ਵੱਡਿਆਂ ਦਾ ਜ਼ਿੰਦਗੀ ਨਾਲ ਪਹਿਲਾ ਧਰਮ ਹੈ ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ ਜੀ ਕਰ ਪੜਦੇ ਤੇ ਜਿੱਥੇ ਪੜਦੇ ਬੱਚਿਆਂ ਨੂੰ ਪੜੀ ਜਾਂ ਰੁਲੀ ਜਾਣ ਦਿੰਦੇ ਹਨ ਉਹਨਾਂ ਦੀ ਆਪਣੀ ਦੁਨੀਆ ਵੀ ਦਿਨੋਂ ਦਿਨ ਕੰਗਾਲ ਹੁੰਦੀ ਜਾਂਦੀ ਹੈ ਹਾਂਜੀ ਬੀਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਹੁਣ ਕੀ ਕਰੀਏ ਅਸੀਂ ਮੰਮੀ ਕੀ ਫਰਕ ਪੈਂਦਾ ਹੈ ਮਤਲਬ ਤਾਂ ਆਪਣੀ ਗੱਲ ਸਮਝਾਉਣ ਤੋਂ ਹੈ ਚਾਹੇ ਕਿਸੇ ਵੀ ਭਾਸ਼ਾ ਛੋਵੇ ਹਾਂ ਮੰਮੀ ਭਾਵੇਂ ਇਸ਼ਾਰੇ ਨਾਲ ਸਮਝਾ ਦਿਓ ਇਹ ਵੀ ਤਾਂ ਗੱਲ ਸਮਝਾਈ ਜਾ ਸਕਦੀ ਹੈ ਨਾ ਨਹੀਂ ਨਹੀਂ ਤੀਏ ਤੂੰ ਇੱਥੇ ਗਲਤ ਹੈ ਅੰਨੇ ਆਮ ਤੌਰ ਉੱਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ ਬੋਲੀ ਹੀ ਦੱਸਦੀ ਹੈ ਕਿ ਬੋਲਣ ਨੇ ਕੀ ਕੁਝ ਆਪਣਾ ਬਣਾਇਆ ਹੈ ਜੀ ਉਹਦੇ ਅੰਦਰ ਬਹੁਤ ਕੁਝ ਹੈ ਉਹਦੀ ਬੋਲੀ ਫੁੱਲਾਂ ਫਲਾਂ ਲੱਦੇ ਬਾਗ ਵਿੱਚੋਂ ਮਹਿਕ ਦੀ ਆਈ ਪੌਣ ਵਰਗੀ ਹੁੰਦੀ ਹੈ ਸਰੋਤੇ ਉਹਨੂੰ ਪਿਆਰ ਦਿੰਦੇ ਹਨ ਭਰੋਸਾ ਦਿੰਦੇ ਹਨ ਕਈ ਵਾਰ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ ਜਿਹਦੇ ਅੰਦਰ ਬਹੁਤਾ ਕੁਝ ਨਹੀਂ ਉਹਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ ਓਕੇ ਮੰਮਾ ਕੋਸ਼ਿਸ਼ ਕਰਾਂਗੇ ਅੱਗੇ ਤੋਂ ਦਾਦੀ ਦੇ ਸਾਹਮਣੇ ਪੰਜਾਬੀ ਬੋਲਣ ਦੀ ਕੋਈ ਬਹੁਤ ਔਖਾ ਕੰਮ ਤਾਂ ਨਹੀਂ ਏ ਕਿਸੇ ਵੀ ਭਾਸ਼ਾ ਨੂੰ 1 ਮਿੰਟ ਲੱਗਦਾ ਸਿੱਖਣ ਨੂੰ ਨਹੀਂ ਬੇਟਾ ਸੌਖਾ ਨਹੀਂ ਇਹ ਤੁਸੀਂ ਆਪ ਦੇਖ ਲਓ ਮੈਂ ਅਜੇ ਤੱਕ ਤੁਹਾਡੀ ਦਾਦੀ ਵਰਗੇ ਸੋਹਣੇ ਲਫ਼ਜ਼ ਨਹੀਂ ਬੋਲ ਸਕਦੀ ਮੇਰੇ ਕੋਲ ਉਹ ਖਜ਼ਾਨਾ ਨਹੀਂ ਜਿਸ ਦੀ ਪਰਮਾਰ ਤੁਹਾਡੇ ਦਾਦੀ ਮਾ ਕੋਲ ਹੈ ਕਿਉਂਕਿ ਤਜ਼ਰਬਾ ਇਸ ਦੌਲਤ ਦਾ ਖਜ਼ਾਨਾ ਹੈ ਸ਼ਬਦ ਇਹਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਜ਼ਿੰਦਗੀ ਦੀ ਦੌਲਤ ਬਿਨਾ ਸ਼ਬਦ ਨਕਾਰੇ ਹੁੰਦੇ ਹਨ ਤੇ ਸ਼ਬਦਾਂ ਬਿਨਾ ਇਹ ਦੌਲਤ ਅਣਵਰਤੀ ਪਈ ਰਹੇਗੀ ਬੋਲੀ ਤਦੇ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ ਕਿ ਇਹ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ ਹਰ ਇੱਕ ਲਵਸ ਕਿਸੇ ਤਜਰਬੇ ਦਾ ਹਿੱਸਾ ਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਤੇ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਹੈ ਜਿਹਦੀ ਲਿਸ਼ਕ ਤੋਂ ਵਿਰਵੇ ਸਡੌਲ ਨਕਸ਼ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ ਮਮਾ ਸਕੂਲ ਵਿੱਚ ਸਿਰਫ ਇੰਗਲਿਸ਼ ਅਲਾਉਡ ਹੈ ਖਿੜ ਡਣ ਜਾਈਏ ਤਾਂ ਫਰੈਂਡਸ ਹਿੰਦੀ ਬੋਲਦੇ ਨੇ ਤੁਸੀਂ ਕਹਿੰਦੇ ਹੋ ਪੰਜਾਬੀ ਬੋਲਣੀ ਏ ਉਹ ਵੀ ਸੋਹਣੇ ਲਫ਼ਜ਼ਾਂ ਵਾਲੀ बोलण ਲੱਗ ਪਾਂਗੇ ਟੋਡੀ ਉਮਰ ਚ ਜਾ ਕੇ ਉਹ ਵੀ ਨਹੀਂ ਪੁੱਤਰੋ ਨਹੀਂ ਇਹ ਸਹੀ ਨਹੀਂ ਗੱਲ ਕਹੀ ਸਾਡੀ ਬੋਲੀ ਉਹ ਹੈ ਜਿਹੜੀ ਸਾਡੇ ਬਚਪਨ ਦੀ ਬੋਲੀ ਹੈ ਸਾਡੀ ਮਾਂ ਦੀ ਬੋਲੀ ਹੈ ਬੜੇ ਬੇਭਾਗ ਨੇ ਉਹ ਸ਼ਖਸ ਜਿਨ੍ਹਾਂ ਨੂੰ ਵੱਡਿਆਂ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਣੀ ਪੈਂਦੀ ਹੈ ਸਿਰਫ ਬਚਪਨ ਦੀ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਰਤ ਸਕਦਾ ਹੈ ਹੋਰ ਕਿਸੇ ਵੀ ਬੋਲੀ ਦੀ ਛਾਪ ਸਾਡੇ ਨਿੱਕੇ ਜਜ਼ਬਾਤੀ ਹੀਰੇ ਨਹੀਂ ਚੱਲ ਸਕਦੇ ਬੱਚਿਓ ਮਨੁੱਖ ਦੀ ਸ਼ਖਸੀਅਤ ਦੀ ਪਛਾਣ ਉਸਦੇ ਮੂੰਹ ਤੋਂ निकले ਲਫ਼ਜ਼ਾਂ ਤੋਂ ਹੁੰਦੀ ਹੈ ਮਨੁੱਖ ਆਪਣੇ ਮਨ ਦੇ ਵਲਵਲਿਆਂ ਨੂੰ ਆਪਣੀ ਮਾਂ-ਪਾਸ਼ਾச் ਸੌਖੀਆਂ ਬਿਆਨ ਕਰ ਸਕਦਾ ਹੈ ਤੋ ਡੀ ਇੱਕ ਕਿਤਾਬ ਹੈ ਨਾ ਜਰਨਲ ਨੋਲਿਜ ਦੀ ਉਹਦੇ ਵਿੱਚ ਸਵਾਮੀ ਵਿਵੇਕਾਨੰਦ ਬਾਰੇ ਵੀ ਲਿਖਿਆ ਹੈ ਟੀਓ ਇੱਕ ਵਾਰ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਆਪਣੀ ਮਾਂ ਪਾਸ਼ਾ ਵਿੱਚ ਭਾਸ਼ਣ ਦਿੱਤਾ ਤੇ ਬੱਚਿਓ ਪਤਾ ਜੀ ਨਤੀਜਾ ਕੀ ਹੋਇਆ ਉੱਥੇ ਜਿੰਨੇ ਵੀ ਸਰੋਤੇ ਹਾਜ਼ਰ ਸਨ ਉਹਨਾਂ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ ਏ 얘 ਬੱਚਿਓ ਮਾਂ ਪਾਸ਼ਾ ਦਾ ਸਨਮਾਨ ਆਪਣੀ ਦਾ ਵੀ ਤੇ ਦੂਜੇ ਦਾ ਵੀ ਇਸ ਲਈ ਤਾਂ ਤੁਹਾਨੂੰ ਕਹਿੰਦੀ ਆ ਇੱਜ਼ਤ ਸਾਰੀਆਂ ਬੋਲੀਆਂ ਦੀ ਕਰੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਪਿੱਠ ਨਾ ਵਿਖਾਓ ਹਾਂਜੀ ਦਾਦੀ ਮਾਂ ਹੁਣ ਅਸੀਂ ਵਾਦਾ ਕਰਦੇ ਹਾਂ ਤੁਹਾਡੇ ਨਾਲ ਕਿ ਅੱਜ ਤੋਂ ਬਾਅਦ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਵਿੱਚ ਹੀ ਗੱਲ ਕਰਿਆ ਕਰਾਂਗੇ